ਅਸਲਾਮੁਅਲੈਕਮ ਜੀ ਐਨਪੀਆਰ ਪਰ ਇਸ ਸਟਰੀਕਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਸ਼ਵੀਰ ਬਾਬਾ ਜੀ ਔਰ ਤੁਸੀਂ ਦੇਖਿਓ ਰੰਜੀਤ ਨਿਗਾਰਾ ਰੰਜੀਤ ਨਿਗਾਰਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆਫ ਦਿ ਮੌਂਟਿਕਾ ਕੈਲੀਫੋਰਨੀਆ ਯੂ ਐਸ ਏ ਜੀ ਬਿਲਕੁਲ ਜੀ ਸਾਡੇ ਸਿੰਘ ਸਾਹਿਬਾਨ ਨੇ ਜਿਹੜੀ ਸੇਵਾ ਸ਼ੁਰੂ ਕੀਤੀ ਸੀ ਗੁਰੂ ਘਰਾਂ ਨੂੰ ਕਿਹੜੇ ਗੁਰੂ ਘਰਾਂ ਨੂੰ ਸੇਵਾ ਸੰਭਾਲਦੀ ਉਹਨਾਂ ਗੁਰੂ ਘਰਾਂ ਨੂੰ ਜਿਹੜੇ 1947 ਦੇ ਵਿੱਚ ਸੰਗਤ ਤੋਂ ਵਿਛੜ ਗਏ ਯਾਨੀ ਕਿ ਸੁਬਾ ਸ਼ਾਮ ਜਿਹਦੀ ਤੁਸੀਂ ਅਰਦਾਸ ਕਰਦੇ ਹੋ ਕਿ ਖਾਲਸਾ ਪੰਥ ਨੂੰ ਉਹਨਾ ਗੁਰੂ ਧਾਮਾਂ ਦੀਆਂ ਸੇਵਾ ਸੰਭਾਲ ਬਖਸ਼ੋ ਜਿਹੜੇ ਕਿ ਪੰਥਕ ਨੂੰ ਵਿਛੜ ਗਏ ਹਨ ਤੇ ਕਿਤੇ ਨਾ ਕਿਤੇ ਪੰਥ ਦੀ ਜਿਹੜੀ ਆ ਆਵਾਜ਼ ਰੱਬ ਨੇੜੇ ਹੋ ਕੇ ਵੀ ਸੁਣਦਾ ਔਰ ਉਹ ਚੀਜ਼ਾਂ ਜਿਹੜੀਆਂ ਨੇ ਰੀਸਟੋਰ ਹੋਣਾ ਸ਼ੁਰੂ ਹੋ ਗਈਆਂ ਨੇ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਕਰਤਾਰਪੁਰ ਹੋਇਆ ਦਰਬਾਰ ਸਾਹਿਬ ਕਰਤਾਰਪੁਰ ਤੋਂ ਬਾਅਦ ਅਗਰ ਤੁਸੀਂ ਦੇਖੋ ਤਾਂ ਬਲੋਚਿਸਤਾਨ ਵਿੱਚ ਇੱਕ ਗੁਰੂ ਘਰ ਜਿਹੜਾ ਉਹ ਪਰਜ਼ਰਵ ਕਰਕੇ ਸੰਗਤ ਦੇ ਹਵਾਲੇ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਦੋ ਗੁਰੂ ਘਰ ਜਿਹੜੇ ਨੇ ਉਹ ਖੋਲੇ ਗਏ ਸਾਡਾ ਇੱਕ ਹੋਰ ਗੁਰੂ ਘਰ ਜਿਹੜਾ ਹੈ ਰਣਜੀਤ ਨਗਾਰਾ ਦੀ ਸੇਵਾ ਜਿਹੜੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡ ਏਵਾਕਿਊ ਟ੍ਰਸਟ ਪ੍ਰਾਪਰਟੀ ਬੋਰਡ ਦੇ ਤਾਵਨ ਦੇ ਨਾਲ ਸੇਵਾ ਜਿਹੜੀ ਹੈ ਉਹ ਜਾਰੀ ਹੈ ਗੁਰੂ ਘਰ ਦੀ ਚੋਹਾ ਸਾਹਿਬ ਦੀ ਰੋਤਾਸਫੋਰਡ ਦੇ ਬਾਹਰ ਜਿਹੜਾ ਹੈ ਕਿ ਆਪਾਂ ਤੁਹਾਨੂੰ ਗਾਇਬਗਾਯੋ ਦੀ ਰਿਪੋਰਟਸ ਜਿਹੜੀਆਂ ਤੁਹਾਨੂੰ ਦਿਖਾਣੇ ਆ ਤੇ ਅੱਜ ਅਸੀਂ ਸਾਰਾ ਦਿਨ ਇੱਥੇ ਗੁਰੂ ਘਰ ਦੇ ਵਿੱਚ ਬੈਠ ਕੇ ਜਿਹੜਾ ਉਹ ਪਹਿਲੇ ਤੋਂ ਅਬਜ਼ਰਵ ਕੀਤਾ ਉਸ ਤੋਂ ਬਾਅਦ ਅਸੀਂ ਸਾਰੇ ਕਲੂਜ਼ ਜਿਹੜੇ ਨੇ ਹਿਸਟਰੀ ਦੇ ਉਹ ਤੁਹਾਨੂੰ ਦੱਸੇ ਔਰ ਆਰਕੀਟੈਕਚਰ ਦੀ ਜੋ ਇਸ ਵੇਲੇ ਪੋਜੀਸ਼ਨ ਹੈ ਤੁਹਾਨੂੰ ਉਹ ਦੱਸੀ ਹੈ ਔਰ ਇਸ ਗੁਰੂ ਘਰ ਦੀ ਯੂਨੀਕਨੈਸ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਉਹ ਸਿਰਫ ਔਰ ਸਿਰਫ ਇਹ ਹੈ ਕਿ ਬੈਂਕ ਆਫ ਰਿਵਰ ਦੇ ਉੱਤੇ ਜਿਹੜਾ ਅੱਜ ਤੱਕ ਫਲੋ ਕਰ ਰਿਹਾ ਹੈ ਰਿਵਰ ਜਿਹੜਾ ਕਿ ਕਹਿ ਲਵੋ ਤੁਸੀਂ ਕਿ ਕਸ਼ਮੀਰ ਤੋਂ ਆਂਦਾ ਹੋਇਆ ਪਾਣੀ ਹੈ ਉਹ ਅਗਰ ਕਿਸੇ ਜਗ੍ਹਾ ਤੋਂ ਤੁਹਾਨੂੰ ਨਜ਼ਰ ਆਂਦਾ ਹੈ ਤੇ ਉਹ ਇਸ ਗੁਰੂ ਘਰ ਦੇ ਵਿੱਚੋਂ ਬਹੁਤ ਹੀ ਪਿਆਰਾ 뷰 ਨਜ਼ਰ ਆਂਦਾ ਹੈ ਸਾਈਟ ਸੀਨਿੰਗ ਜਿਹੜੀ ਹੈ ਸਨ ਰਾਈਜ਼ ਦੀ ਕਿਆ ਬਾਤ ਹੈ ਉਸ ਵੇਲੇ ਜਿਸ ਵੇਲੇ ਕਦੀ ਸਿਮਰਨ ਹੁੰਦੀ ਹੋਏਗੀ ਕਦੀ ਨਾਮ ਜਪਿਆ ਜਾ ਰਿਹਾ ਹੋਏਗਾ ਤੇ ਕਦੀ ਗੁਰੂ ਮਹਾਰਾਜ ਦਾ ਇੱਥੇ ਪ੍ਰਕਾਸ਼ ਹੋ ਰਿਹਾ ਹੋਏਗਾ ਤੇ ਕਿੰਨਾ ਖੂਬਸੂਰਤ ਉਸ ਵੇਲੇ 뷰 ਹੋਏਗਾ ਤੇ ਸੋ ਸਾਡੇ ਨਾਲ ਇੱਥੇ ਕੁਝ ਮੁਕਾਮੀ ਲੋਕ ਬੈਠੇ ਨੇ ਅਸੀਂ ਜਦੋਂ ਵੀ ਕਿਤੇ ਕਿਸੇ ਜਗ੍ਹਾ ਦੀ ਇਹ ਹਿਸਟਰੀ ਲੱਭਨੇ ਆ ਜਾਂ ਅਸੀਂ ਕਿਸੇ ਜਗ੍ਹਾ ਦੀ ਵੀ ਹਿਸਟਰੀ ਜਿਹੜੀ ਹੈ ਕੰਪਾਈਲ ਕਰਦੇ ਆ ਤੇ ਅਸੀਂ ਉੱਥੇ ਦੀ ਲੋਕਲ ਸੰਗਤ ਦੇ ਨਾਲ ਗੱਲ ਜ਼ਰੂਰ ਕਰਦੇ ਹਾਂ ਕਿ ਜਿਹਦੀ ਵਜ੍ਹਾ ਨਾਲ ਇਹ ਸਾਨੂੰ ਥੋੜਾ ਬਹੁਤ ਜਿਹੜੇ 73 ਸਾਲ ਤੋਂ ਇਹ ਦਰਵਾਜ਼ੇ ਬੰਦ ਸਨ ਜਾਂ ਓਕੂਪਾਈਡ ਜਿਹੜੀਆਂ ਜਗ੍ਹਾ ਸਨ ਉਹਨਾਂ ਦੀ ਕੀ ਕੰਡੀਸ਼ਨ ਸੀ ਉਹ ਸਿਰਫ ਉੱਥੇ ਦੇ ਲੋਕਲ ਮੁਹੱਲੇਦਾਰ ਜਿਹੜੇ ਨੇਬਰਸ ਹੁੰਦੇ ਨੇ ਉਹੀ ਦੱਸ ਸਕਦੇ ਨੇ ਜੀ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਕੀ ਹਿਸਮ ਸ਼ਰੀਫਾ ਜੀ ਭਾਈ ਸਾਹਿਬ ਜੀ ਇਕਵਾਲ ਬੜ ਜੀ ਪ੍ਰਵੇਸ਼ ਸਾਹਿਬ ਕਿੱਥੇ ਰਹਿੰਦੇ ਹੋ ਇੱਥੇ ਬਾਗ ਮਹਲੇ ਚ ਜੀ ਅੱਛਾ ਕਿੰਨੀ ਐ ਜੀ ਤੁਹਾਡੀ ਮੇਰੀ 68 ਸਾਲ ਉਮਰ ਆ ਜੀ ਤੇ ਬਟਸਪ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਦੇਖਦੇ ਰਹੋ ਅਸੀਂ ਬਚਪਨ ਵਿੱਚ ਬੜਾ ਕੁਝ ਦੇਖਿਆ ਜੀ ਇੱਥੇ ਸਕੂਲ ਸੀ ਪ੍ਰਾਇਮਰੀ ਗਲੀ ਚ ਜੇ ਵੀ ਆਇਆ ਉੱਥੇ ਅਸੀਂ تعلیم ਹਾਸਲ ਕਰਦੇ ਸਾਂ ਜੀ ਜੀ ਤਾਂ ਅਫਰੀਦੇ ਟਾਈਮ ਸਾਮਣਾ ਬਾਹਰ ਨਿਕਲਣਾ ਤੇ ਇੱਥੇ ਹੀ ਅਸੀਂ ਅੰਦਰ ਆ ਕੇ ਖੇਡਦੇ ਸਾਂ ਇੱਥੇ ਮਾਸ਼ਾ ਅੱਲਾਹ ਇਤਨਾ ਅੱਛਾ ਹਾਲ ਬਣਿਆ ਜੀ نیچے ਸੰਗੇ ਮਰਮਰ ਦੇ ਬੈਂਚ ਬੇ ਸਣ ਉਹ ਅਲਮਾਰੀਆਂ ਲੱਗੀਆਂ ਸਨ ਉਹਨਾਂ 'ਚ ਕਿਤਾਬਾਂ ਪਈਆਂ ਸਨ ਫੁੱਲ ਅਲਮਾਰੀਆਂ ਭਰੀਆਂ ਸਨ ਕਿਤਾਬਾਂ ਦੀਆਂ ਅੱਛਾ ਕਿਤਾਬਾਂ ਜਿਹੜੀਆਂ ਨੇ ਉਹ ਤੁਸੀਂ ਤੁਹਾਨੂੰ ਸਮਝ ਆਂਦੀ ਸਨ ਉਹ ਕਿਤਾਬਾਂ ਕਿਹੜੀਆਂ ਸਨ ਨਹੀਂ ਸਾਨੂੰ ਖੋਲਣ ਦੀ ਇਜਾਜ਼ਤ ਨਹੀਂ ਸੀ ਅਲਮਾਰੀਆਂ ਤਾਲੇ ਲੱਗੇ ਸਨ ਤੇ ਅਲਮਾਰੀਆਂ ਦੇ ਸ਼ੀਸ਼ੇ ਸਨ ਉਹਨਾਂ ਦੇ ਅੰਦਰ ਕਿਤਾਬਾਂ ਸਾਨੂੰ ਨਜ਼ਰ ਆ ਰਹੀਆਂ ਸਨ ਪਈਆਂ ਕਿਹੜੇ ਸਨ ਤੱਕ ਜਿਹੜੀਆਂ ਕਿਤਾਬਾਂ ਨੇ ਇੱਥੇ ਉਹ ਮੌਜੂਦ ਸਨ ਇਹ ਸਨ 63 ਚੌੜ ਤੋਂ ਲੈ ਕੇ ਤਕਰੀਬਨ ਅਸੀਂ 79 ਤੱਕ ਰਹੀਆਂ ਨੇ ਕਿਤਾਬਾਂ ਅੱਛਾ ਐਨੀ ਦੇਰ ਤੱਕ ਕਿਸੇ ਨੇ ਕਿਤਾਬਾਂ ਤੋਂ ਛਿੜੀਆਂ ਨਹੀਂ ਛਿੜੀਆਂ ਨਹੀਂ ﺍﻟमारीयां ਬੰਦ ਸਨ ਇਹ ਬਚਪਨ ਤੋਂ ਇੱਥੇ ਹੀ ਅਸੀਂ ਖੇਡੇ ਆ ਇੱਥੇ ਮਾਸ਼ਾਅੱਲਾ ਇਤਨਾ ਹਾਲ ਖੂਬਸੂਰਤ ਸੀ ਅੰਦਰ ਥੱਲੇ ਦਾ ਕਿ ਦਿਲ ਕਰਦਾ ਸੀ ਕਿ ਅਸੀਂ ਸੌਂ ਜਾਈਏ ਇੱਥੇ ਇਤਨੀ ਠੰਡਕ ਐ ਨਾਲ ਹੀ ਕਿ ਕਿ ਨਾ ਬਾਰਾਦਰੀ ਬੜੀ ਸੀ ਅੱਛਾ ਔਰਤਾਂ ਉੱਥੇ ਕੱਪੜੇ ਧੋਉਂਦੀਆਂ ਸਨ ਹੂੰ ਸਵੇਰ ਆ ਕੇ ਦਰਿਆ ਘਰ ਆਉਂਦੀਆਂ ਔਰਤਾਂ ਸਾਰੀਆਂ ਉੱਥੇ ਬਾਰਾਦਰੀ ਦੇ ਥੱਲੇ ਬੈ ਕੇ ਕੱਪੜੇ ਧੋਉਂਦੀਆਂ ਸਨ ਉੱਥੇ ਹੀ ਉਹਨਾਂ ਨੂੰ ਉਸਲ ਕਰਨਾ ਉੱਥੇ ਹੀ ਕਪੜੇ ਸੁਕਾ ਕੇ ਘਰ ਲੈ ਜਾਂਦੀਆਂ ਸਨ ਇੱਥੇ ਦੇ ਇੱਕ ਪਾਗਲ ਜਿਹੇ ਕਿਸੇ ਆਇਆ ਜਿਨੇ ਆ ਕੇ ਇਹ ਸਾਰੀਆਂ ਬਾਰਦਰੀਆਂ ਤੜਵਾਈਆਂ ਦਰਖਤ ਮਾਸ਼ਾਅੱਲਾ ਐਡੇ ਬਿਹਤਰੀਨ ਲੱਗੇ ਸਨ ਇੱਥੇ ਸਾਈਡਾਂ ਦੇ ਛਾਂ ਸੀ ਫਰੂਟ ਦੇ ਵੀ ਦਰਖਤ ਸਨ ਨਹੀਂ ਇੱਥੇ ਸਿਰਫ ਪੀਪਲ ਦੇ ਜਿਹਾ ਬੋਰਡ ਦੇ ਦ੍ਰਿਸ਼ਤੋਂ ਇਸ ਜਿਸ ਤਰ੍ਹਾਂ ਕਿ ਤੁਸੀਂ ਬਾਗਾਂ ਵਾਲਾ ਮਹੱਲਾ ਕਹਿ ਰਹੇ ਹੋ ਤਾਂ ਲਾਜ਼ਮੀ ਗੱਲ ਹੈ ਬਾਗ ਜਿਹੜੇ ਇਹ ਸਾਡੀ ਹੌਸਤੋਂ ਪਹਿਲਾਂ ਹੀ ਕਿਦਰੇ ਬਾਗਮਹਲਾ ਇਹਦਾ ਨਾਂ ਰੱਖਿਆ ਗਿਆ ਹੈ ਲਾਜ਼ਮੀ ਗੱਲ ਹੈ ਬਾਗ ਹੋਣਗੇ ਹੋਣਗੇ ਜਿਹਾ ਬਾਗ ਹੋਣਗੇ ਤਾਂ ਹੀ ਰੱਖਿਆ ਗਿਆ ਨਾ ਬਾਗਮਹਲਾ ਬਿਲਕੁਲ ਜੀ ਰੀਵਰ ਰੋਡ ਹੈ ਇਹ ਸਾਰਾ ਬਾਗਮਹਲਾ ਕਹ ਲਾਂਦਾ ਹੈ ਤੇ ਹੁਣ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ ਖੁੱਲਣ ਲਈ ਜਾ ਰਿਹਾ ਹੈ ਦੀ ਮਤਲਬ ਸੇਵਾ ਹੋ ਰਹੀ ਏ ਇਹਨੂੰ ਆਪਰੇਟ ਕੀਤਾ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਇੱਕ ਉਹ ਜਗ੍ਹਾ ਜਿਹੜੀ ਤੁਹਾਡੀ ਬਚਪਨ ਦੀਆਂ ਯਾਦਾਂ ਨਾਲ ਜੁੜੀ ਹੈ ਤੁਹਾਨੂੰ ਕੀ ਮਹਿਸੂਸ ਹੁੰਦਾ ਜਦੋਂ ਸਾਡੇ ਸਿੱਖ ਵੀ ਇੱਥੇ ਆਉਣ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਲਾਹ ਤਾਲਾ ਤੁਹਾਨੂੰ ਹੋਰ ਹਿੰਮਤ ਦੇ ਇਹਨੂੰ ਬਣਾਓ ਖੂਬਸੂਰਤ ਕਰੋ ਸਾਨੂੰ ਦਿਲ ਹੀ ਖੁਸ਼ੀ ਹੈ ਔਰ ਅਸੀਂ ਵੀ ਇਨਸ਼ਾਅੱਲਾ ਆਵਾਂਗੇ ਇੱਥੇ ਬਹਾਂਗੇ ਸਾਡਾ ਵੀ ਦਿਲ ਕਰਦਾ ਅਸੀਂ ਬਚਪਨ ਦੇਖਿਆ ਸਾਰਾ ਮਾਹੌਲ ਸਾਡਾ ਦਿਲ ਕਰਦਾ ਹੁੰਦਾ ਸੀ ਕਿ ਅਸੀਂ ਬਵੀਏ ਇੱਥੇ ਅੰਦਰ ਲੇਕਿਨ ਜਿਸ ਵਕਤ ਹੈ ਗਵਰਨਮੈਂਟ ਨੇ ਆਪਣੇ ਅੰਡਰ ਲਿਆ ਪੁਲਿਸ ਨੇ ਸੀਆਈ ਸਟਾਫ ਬਣਾਇਆ ਮੁਜਰਮਾਂ ਵਾਸਤੇ ਤੇ ਉਸ ਤੋਂ ਬਾਅਦ ਸਾਡਾ ਦਾਖਲੇ ਬੰਦ ਹੋ ਗਿਆ ਅੰਦਰ ਅੱਛਾ ਦਾਖਲਾ ਬੰਦ ਹੋ ਗਿਆ ਸੀ ਤੇ ਲੇਕਿਨ ਇਹ ਇਹ ਵੇਖ ਕੇ ਤੁਸੀਂ ਮੈਂ ਹੁਣ ਤੱਕ ਦੇਖਿਆ ਗੁਰੂ ਪਿਆਰੀ ਸੰਗਤ ਜੀ ਮੈਂ ਜਿਹਦੇ ਨਾਲ ਦੀ ਗੱਲ ਹੋਈ ਹੈ ਹਰ ਬੰਦੇ ਨੇ ਬੜੀ ਖੁਸ਼ੀ ਦੇ ਨਾਲ ਹੀ ਜਵਾਬ ਦਿੱਤਾ ਕਿ ਗੁਰੂ ਘਰ ਖੋਲ ਰਿਹਾ ਤੇ ਬੜਾ ਅੱਛਾ ਲੱਗ ਰਿਹਾ ਸਾਨੂੰ ਸਾਡੇ ਅਥੇ ਸੇਖਾਂ ਆਉਣ ਕਰਨਗੇ ਸੀ ਉਹਨਾਂ ਨੂੰ ਮਿਲਾਂ ਕਰਾਂਗੇ ਮਤਲਬ ਕਿ ਕਿਸੇ ਦੇ ਅੰਦਰ ਕੋਈ ਐਸ ਤਰ੍ਹਾਂ ਦਾ ਮੋੜ ਭੇੜ ਨਹੀਂ ਹੈਗਾ ਕਿ ਜਿਹਦੇ ਵਿੱਚ ਕੋਈ ਕਿਸੇ ਨੇ ਕਿਹਾ ਹੋਵੇ ਕਿ ਸਾਨੂੰ ਵਧੀਆ ਨਹੀਂ ਲੱਗ ਰਿਹਾ ਗੁਰੂ ਘਰ ਖੋਲ ਰਿਹਾ ਸਾਨੂੰ ਕੋ ਟ੍ਰਬਲ ਹੋਏਗੀ ਸਾਨੂੰ ਕੋ ਪ੍ਰੋਬਲਮ ਹੋਏਗੀ ਇਦਾਂ ਦੀ ਗੱਲ ਸਾਹਮਣੇ ਨਹੀਂ ਆ ਰਹੀ ਰਾਹ ਜਾਂਦੇ ਹੋਏ ਲੋਕ ਬੜੇ ਖੁਸ਼ੀ ਦੇ ਨਾਲ ਥੰਬਸ ਅਪ ਕਰਕੇ ਸਾਨੂੰ ਕਹਿ ਰਹੇ ਕਿ ਇਹਨੂੰ ਤੁਸੀਂ ਕਰਵਾ ਰਹੇ ਹੋ ਕਾਰ ਸੇਵਾ ਤੋਂ ਬਹੁਤ ਅਸੀਂ ਫੇਰ ਇੱਕ ਵਾਰੀ ਕਵਾਂਗੇ ਕਿ ਥੈਂਕ ਯੂ ਟੂ ਵਾਕਿਊ ਟੂ ਰਸਟ ਪ੍ਰਾਪਰਟੀ ਬੋਰਡ ਥੈਂਕ ਯੂ ਟੂ ਪੀਐਸਪੀਜੀਸੀ ਔਰ ਨਾਲ ਦੀ ਨਾਲ ਹੀ ਰਣਜੀਤ ਨਗਾਰਾ ਦਾ ਤਾਂ ਤਹੇ ਦਿਲ ਤੋਂ ਸ਼ੁਕਰ ਸ਼ੁਕਰਾਨਾ ਕਰਦੇ ਆ ਕਿ ਜਿਹੜੇ ਸੰਗਤ ਤੋਂ ਵਿਛੜੇ ਹੋਏ ਗੁਰੂ ਘਰ ਨੇ ਉਹਨਾਂ ਦੀਆਂ ਸੇਵਾ ਦਾ ਜ਼ਿੰਮਾ ਜਿਹੜਾ ਤੁਸੀਂ ਆਪਣੀ ਜਗਤ ਸੰਗਤ ਜਿਹੜੀ ਹੈ ਸਾਡੇ ਸਿੱਖ ਭਰਾ ਨੇ ਜਿਹੜੀ ਦੁਨੀਆ ਤੇ ਬੈਠੇ ਨੇ ਉਹਨਾਂ ਨੂੰ ਤੁਸੀਂ ਜੇਲਮ ਵੱਲੋਂ ਜੇਲਮ ਦੀ ਧਿਰਤੀ ਤੋਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਕਹਿੰਦੇ ਹਾਂ ਜੀ ਖੁਸ਼ੀ ਨਾਲ ਇੱਥੇ ਜੇਲਮ ਆਣ ਆਪਣਾ ਘਰ ਦੇਖਣ ਆਪਣਾ ਘਰ ਨੂੰ ਆਬਾਦ ਕਰਨ ਔਰ ਸਾਨੂੰ ਖੁਸ਼ੀ ਹੋਏਗੀ ਅਗਰ ਉਹ ਇੱਥੇ ਆਣਗੇ ਅਸੀਂ ਵੀ ਉਹਨਾਂ ਨਾਲ ਛਾਣਾ ਬਿਸ਼ਾਣਾ ਜੋ ਕੰਮ ਕਰਨਗੇ ਅਸੀਂ ਕੰਮ ਕਰਨ ਦੇ ਤਿਆਰ ਹਾਂ ਉਹਨਾਂ ਨਾਲ ਸਾਨੂੰ ਖੁਸ਼ੀ ਹੈ ਸਿੱਖ ਭਰਾਵਾਂ ਨਾਲ ਕਿ ਅਸੀਂ ਉਹਨਾਂ ਕੋਲ ਬਭੀਏ ਖਲੋਵੀਏ ਕੋਈ ਅੱਛੀਆਂ ਗੱਲਾਂ ਲਈਏ ਕੋਈ ਚੰਗੀਆਂ ਗੱਲਾਂ ਸੁਣੀਏ ਉਹਨਾਂ ਨਾਲ ਉਹਨਾਂ ਕੋਲੋਂ ਬਹੁਤ ਅੱਛੇ ਲੋਕ ਨੇ ਔਰ ਸਾਨੂੰ ਇਹਨਾਂ ਨਾਲ ਦਿੱਲੀ ਪਿਆਰ ਹੈ ਸਖਾ ਨਾਲ ਸਖਾ ਨੂੰ ਅਸੀਂ ਬਹੁਤ ਅੱਛਾ ਔਰ ਬਹੁਤ ਪਿਆਰ ਕਰਨ ਵਾਲੇ ਲੋਕ ਆ ਬਹੁਤ ਸ਼ੁਕਰੀਆ ਬਰਤ ਸਾਹਿਬ ਤੁਸੀਂ ਤੇ ਸੜਨ ਨਾਲ ਦੂਸਰੇ ਭਾਈ ਸਾਹਿਬ ਬੈਠਦੇ ਨੇ ਅਸੀਂ ਉਹਨਾਂ ਦੇ ਨਾਲ ਵੀ ਵਿਚਾਰਤਾ ਰ ਹਾਂ ਉਹਨਾਂ ਦੀ ਸੁਣਦੇ ਹਾਂ ਔਰ ਉਹ ਕੀ ਸੋਚਦੇ ਨੇ ਕਿਉਂਕਿ ਅਸੀਂ ਅੱਜ ਤੋਂ ਪਹਿਲੇ ਇਹਨਾਂ ਦੋਨਾਂ ਭਾਈਆਂ ਸਾਹਿਬ ਨੂੰ ਕਦੀ ਮਿਲੇ ਵੀ ਨਹੀਂ ਨਾ ਹੀ ਇਹਨਾਂ ਨੂੰ ਸਾਡੇ ਬਾਰੇ ਕੁਝ ਪਤਾ ਤੇ ਨਾ ਸਾਨੂੰ ਇਹਨਾਂ ਦੇ ਬਾਰੇ ਕੁਝ ਪਤਾ ਜੀ ਅਸਲਾਮੁਅਲੈਕੁਮ ਜੀ ਵਅਲੈਕੁਮ ਅਸਲਾਮ ਕੇਸ ਹਮ ਸ਼ਰੀਫੇ ਜੀ ਆਪਣਾ ਮੇਰਾ ਨਾਮ ਮੁਹੰਮਦ ਤਯਾਬ ਕੁਰਾਸ਼ੀ ਅੱਛਾ ਜੀ ਜੇ ਜੇਲਮ ਬਾਗ ਮਹੱਲੇ ਦਾ ਰਹਿਣ ਵਾਲਾ ਮੈਂ ਇੱਥੇ ਦੀ ਪਦਾਇਸ਼ ਹੈ ਤੇ ਜੰਪਲ ਯਾਨੀ ਕਿ ਇੱਥੇ ਦੀ ਹੈ ਤੇ ਇੱਥੇ ਬਾਲ ਬੱਚੇ ਮਾਸ਼ਾਅੱਲਾ ਜਵਾਨ ਹੋ ਗਏ ਨਾ ਆਪਣਾ ਅੱਛਾ ਤੇ ਮੇਰੀ ਤਕਰੀਬਨ ਜਿਹੜੀ ਹੈ ਨਾ 64 ਪੈਣ ਸਾਲ ਹੋਏ ਜਾ ਹਾਂਜੀ ਤੇ ਇਥੋਂ ਅੱਜ ਤੋਂ ਪਹਿਲਾਂ ਜਿਸ ਲੈ ਗੁਜ਼ਰਦੇ ਸਨ ਤਾਂ ਦਿਲ ਦੁਖੀ ਹੁੰਦਾ ਸੀ ਅੱਛਾ ਕਿ ਭਈ ਦੇਖੋ ਕਿਉਂ ਦਿਲ ਕਿਉਂ ਦੇਖੋ ਕਿ ਵੀ ਇੱਕ ਚੀਜ਼ ਆ ਇੱਕ ਬਣੀ ਆ ਇੱਕ ਜਿਹੜਾ ਨਾ ਕਿਸੇ ਦੀ ਯਾਨੀ ਕਿ ਜਿਸ ਤਰ੍ਹਾਂ ਅਸੀਂ ਆਪਣੀ ਮਸਜਿਦ ਦਾ ਇਤਰਾਮ ਕਰਨੇ ਆ ਨਾ ਦੇਖੋ ਜਿਸ ਤਰ੍ਹਾਂ ਸਾਡੀ ਮਸਜਿਦ ਹੈ ਕਬਰ ਇਤਰਾਮ ਐਸੇ ਤਰ੍ਹਾਂ ਹਰ ਮਜ਼ਹਬ ਦਾ ਜਿਹੜਾ ਨਾ ਗਿਰਜਾ ਯਾਦ ਆਪਣਾ ਮੰਦਰ ਹੈ ਜਾਂ ਗੁਰਦੁਆਰਾ ਜਾਂ ਜੋ ਵੀ ਆ ਉਹਦਾ ਇਤਰਾਮ ਜਿਹੜਾ ਨਾ ਸਾਡੇ ਦਿਲ ਵਿੱਚ ਅਸੀਂ ਆਪਣੇ ਦਿਲ ਵਿੱਚ ਕਿਸੇ ਦਾ ਇਤਰਾਮ ਕਰਾਂਗੇ ਤੇ ਸਾਡਾ ਵੀ ਕੋਈ ਇਤਰਾਮ ਕਰੇਗਾ ਤੇ ਜਿਸ ਵੇਲੇ ਤੂੰ ਗੁਜ਼ਰਦੇ ਸਨ ਦਿਲ ਦੁਖੀ ਹੁੰਦਾ ਸੀ ਤੇ ਅੱਜ ਜਿਸ ਵੇਲੇ ਗੁਜ਼ਰੇ ਆ ਦੇਖਿਆ ਜੇ ਦੇਖ ਕੇ ਅਸੀਂ ਬਗਾਰ ਇਜਾਜ਼ਤ ਬਾਅਦ ਇਜਾਜ਼ਤ ਲਈ ਅੰਦਰ ਆ ਗਏ ਅਤਨੀ ਇਤਨੀ ਖੁਸ਼ੀ ਸਾਨੂੰ ਹੋਈ ਆ ਕਿ ਵੀ ਸਾਡੇ ਭਰਾ ਆ ਰਹੇ ਨੇ ਇੱਕ ਚੀਜ਼ ਬਣ ਰਹੀ ਓ ਬਚਪਨ ਦੀ ਜਿੱਥੇ ਅਸੀਂ ਖੇਡੇ ਆ ਇੱਥੋਂ ਅਸੀਂ ਦਰਿਆ 'ਚ ਛੱਤ ਤੇ ਚੜ ਕੇ ਦਰਿਆ 'ਵਿਛਾਲ ਮਾਰ ਜੰਪ ਮਾਰਦੇ ਹੁੰਦੇ ਸੀ ਇਹ ਪਾਣੀ ਘਰੀਬ ਸੀ ਅੰਨਾ ਬਿਲਕੁਲ ਨਾਲ ਪਾਣੀ ਸੀ ਅੱਛਾ ਇਹ ਨਾਲ ਗਰਾਊਂਡ ਸੀ ਬਹੁਤ ਵੱਡੀ ਜੁਬਲੀ ਘਾਟ ਉਹਦਾ ਨਾਂ ਸੀ ਹੂੰ 12 ਦਰੀ ਸਿੜੀਆਂ ਬਣੀਆਂ ਸਨ ਕੱਪੜੇ ਉਤਾਰੋ ਉੱਥੇ ਰੱਖ ਦੋ ਕੱਪੜੇ ਨੂੰ ਮੈਲ ਨਹੀਂ ਸੀ ਲੱਗਦੇ ਮਿੱਟੀ ਨਹੀਂ ਸੀ ਲੱਗਦੇ ਬਿਲਕੁਲ ਸਾਫ਼ ਇੱਕਾਦੀ ਬਣੀ ਸੀ ਸੀਮਿੰਟ ਦੀ ਬਣੀ ਸੀ ਇਹ ਇਟ ਦੇ ਇਟ ਦੀ ਆਪਣੇ ਜਿਹੜੀ ਇਟ ਨਹੀਂ ਇਹ ਦੀਵਾਰ 'ਚ ਲੱਗੀ ਸੁਰਖ ਇਹ ਸੀਟ 'ਚ ਜਿਹੜੀ ਨਾ ਬਣੀ ਸੀ ਸਾਰੀ 12 ਦਰੀ ਸਾਰਾ ਬੜਾ ਅੱਛਾ ਖੂਬਸੂਰਤ 뷰 ਸੀ ਜੀ ਜੀ ਤੇ دریا ਉੱਸਲੇ ਜਿਹੜਾ ਸੀ ਨਾ ਦੇਖਣ ਵਾਲਾ ਹੁੰਦਾ ਸੀ ਫੁੱਲ ਜੋਬਨ ਦੇ ਹੁੰਦਾ ਸੀ ਤੇ ਤੁਸੀਂ ਇੱਥੇ ਧੰਦੇ ਹੁੰਦੇ ਸੀ ਨਾ ਜੰਪ ਮਾਰਦੇ ਸੀ ਅਸੀਂ ਇੱਥੋਂ ਜੰਪ ਮਾਰਨਾ ਉੱਥੇ ਪੁਲ ਥੱਲੇ ਨਿਕਲਣਾ ਜਾ ਕੇ ਉੱਥੋਂ ਜੁਬਲੀ ਘਾੜ ਤੋਂ ਜੰਪ ਮਾਰਨਾ ਇੱਥੇ ਆ ਕੇ ਨਿਕਲ ਆਉਣਾ ਇੱਥੇ ਤੇ ਸੀੜੀਆਂ ਸਨ ਬਕਾਇਦਾ ਇੱਥੇ ਜਿਹੜੀਆਂ ਨਾ ਸੀੜੀਆਂ ਬਣੀਆਂ ਹਨ ਕੀ ਕਹਿਣਾ ਚਾਹੋਗੇ ਕਿ ਸਾਡੇ ਸਿੱਖ ਵੀਰਾਂ ਵਾਸਤੇ ਇਹ ਗੁਰੂ ਘਰ ਜਿਸ ਤਰ੍ਹਾਂ ਕਿ ਕਰਤਾਰਪੁਰ ਕੋਰੀਡੋਰ ਖੁੱਲਾ ਉੱਥੇ ਹੁਣ ਦਿਨ ਰਾਤ ਸੰਗਤਾਂ ਆਂਦੀਆਂ ਨੇ ਜਦੋਂ ਜ਼ੇਲਮ ਦੇ ਚਾਣੀਆਂ ਤੇ ਤੁਹਾਡੀ ਕੀ ਫੀਲਿੰਗ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਆ ਬਲਕਿ ਅਸੀਂ ਕਿਸੇ ਕਿਸਮ ਦਾ ਵੀ ਸਾਥ ਅਸੀਂ ਆਪਣੀ ਹਸિયਤ ਦੇ ਮੁਤਾਬਕ ਸਾਡੇ ਕੋਲੋਂ ਕਿਸੇ ਕਿਸਮ ਦਾ ਵੀ ਸਾਥ ਚਾਹੀਦਾ ਤੇ ਅਸੀਂ ਤਾਬੇਦਾਰ ਨੌਕਾ ਨਾ ਭਰਾਵਾਂ ਦੇ ਅਸੀਂ ਬੜੀ ਗੱਲ ਹੈ ਜੀ ਕਿ ਇਹ ਜ਼ੇਲਮ ਦੀ ਆਵਾਮ ਦੇ ਵੱਲੋਂ ਮੈਂ ਕਹਾਂਗਾ ਕਿ ਗਾਹੇ ਬਗਾਹੇ ਇਹ ਸਾਡੇ ਦੋਸਤ ਜਿਹੜੇ ਨੇ ਉਹ ਵੀ ਹਾਈਲਾਈਟ ਕਰਦੇ ਰਹੇ ਨੇ ਅਸੀਂ ਵੀ ਹਾਈਲਾਈਟ ਕਰਦੇ ਰਹੇ ਹਾਂ ਤੇ عوام ਦੇ ਵਿੱਚ ਇਨੀ ਅਵੇਅਰਨੈਸ ਪੈਦਾ ਹੋ ਗਈ ਹੈ ਅੱਜ ਕਿ ਉਹ ਇੱਕ ਦੂਜੇ ਦੇ ਨਾਲ ਇੰਨਾ ਪਿਆਰ ਵਾਸਤੇ ਉਹ ਕਹਿ ਰਹੇ ਨੇ ਕਿ ਇੱਕ ਵਾਰੀ ਆਉਣ ਸਹੀ ਕਿ ਜੋ ਸਾਨੂੰ ਖidmat ਲਈ ਕਹਿਣਗੇ ਅਸੀਂ ਆਦਰ ਪਿਆਰਸ ਰਿਆਵਾ ਬੈਲਜੀਅਮ ਰਿਆਵਾ ਮਨੋ ਸਿੱਖ ਦੋ ਜਿਹੜੇ ਮਿਲਣਾਂ ਉਹਨਾਂ ਕੋਲ ਜਿੰਨਾ ਪਿਆਰ ਮਿਲਿਆ ਨਾ ਇੰਡੀਅਨ ਕਿਸੇ ਕੋਲ ਉਹ ਨਹੀਂ ਮਿਲਿਆ ਹਮ ਤੇ ਮੈਂ ਅੱਜ ਬਹੁਤ ਖੁਸ਼ ਹਾਂ ਤੇ ਮੈਂ ਕਹਾਂ ਨਾ ਕਿ ਕਿ ਵੀ ਅਗਰ ਸਾਡੇ ਲੈਕ اپنی حیثیت ਦੇ ਮੁਤਾਬਕ ਜੋ ਵੀ ਹੈ ਅਸੀਂ ਇਨਸ਼ਾਅੱਲਾ ਜਾਣੇ ਮਾਲੇ ਜੋ ਵੀ ਤੁਹਾਨੂੰ ਕਹੋਗੇ ਅਸੀਂ ਤੁਹਾਡੇ ਨਾਲ ਚੱਲਣ ਵਾਸਤੇ ਆਏ ਹਾਂ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਫਸਟ ਟਾਈਮ ਸਾਡਾ ਕੋਈ ਪ੍ਰੀ ਪਲਾਨ ਇੰਟਰਵਿਊ ਨਹੀਂ ਹੈ ਇਹਨਾਂ ਨਾਲ ਅਚਾਨਕ ਗੁਰਦੁਆਰਾ ਸਾਹਿਬ ਨੂੰ ਵਿਜ਼ਿਟ ਕਰਨ ਵਾਸਤੇ ਆਏ ਨੇ ਖੁੱਲਾ ਦੇਖਿਆ ਸੇਵਾ ਕਰਦੇ ਹੋਏ ਦੇਖਿਆ ਤੇ ਕਹਿਣ ਦੇ ਇਹਨੇ ਕਿ ਸਾਡੀ ਬੜੀ ਖੁਸ਼ੀ ਹੈ ਕਿ ਅਸੀਂ ਦੇਖ ਕੇ ਆ ਗਏ ਹਾਂ ਕਿ ਸਾਡੇ ਬਚਪਨ ਵਾਲੀ ਜਗ੍ਹਾ ਜਿਹੜੀ ਹੈ ਦੁਬਾਰਾ ਤੋਂ ਬਹਾਲ ਹੋਏਗੀ ਲੋਕ ਆਣਗੇ ਅੱਛਾ ਇੱਥੇ ਬਹੁਤ ਹੀ ਖੂਬਸੂਰਤ ਕਿਸਮ ਦੇ ਕੰਮ ਹੋਣ ਜਾ ਰਹੇ ਨੇ ਕਿ ਜਿਹਦੇ ਵਿੱਚ ਡਿਸਪੈਂਸਰੀ ਬਣੇਗੀ ਬਿਮਾਰਾਂ ਦਾ ਇਲਾਜ ਹੋਏਗਾ ਠੀਕ ਹੈ ਜੀ ਉਸ ਤੋਂ ਬਾਅਦ ਲੰਗਰ ਜਿਹੜਾ ਉਹ ਤਿੰਨ ਟਾਈਮ ਚੱਲੇਗਾ ਇੱਥੇ ਕਿਸੇ ਵੀ ਜਾਤ ਪਾਤ ਕਿਸੇ ਵੀ ਮੁੱਢ ਪੇੜ ਤੋਂ ਇਲਾਵਾ ਜਿਹੜਾ ਬਹੁਤ ਜਲਦੀ ਇੱਥੇ ਲੰਗਰ ਵੀ ਸ਼ੁਰੂ ਹੋਏਗਾ ਤਿੰਨ ਟਾਈਮ ਜਿਸ ਤਰ੍ਹਾਂ ਕਿ ਗੁਰਦੁਆਰਾ ਚੋਹਾ ਸਾਹਿਬ ਜਿਹੜਾ ਹੈ ਰੋਤਾਸ ਤੇ ਬਾਹਰ ਉੱਥੇ ਸ਼ੁਰੂ ਹੈ ਤਿੰਨ ਟਾਈਮ ਦਾ ਲੰਗਰ ਉਸੇ ਤਰ੍ਹਾਂ ਹੀ ਰਹਿਤ ਮਰਿਆਦਾ ਦੇ ਤਹਿਤ ਜਿਹੜਾ ਤਿੰਨ ਟਾਈਮ ਦਾ ਲੰਗਰ ਜਿਹੜਾ ਬਹੁਤ ਜਲ ਇਸ ਜਗ੍ਹਾ ਦੇ ਉੱਤੇ ਸ਼ੁਰੂ ਹੋਏਗਾ ਆਖਰੀ ਗੱਲ ਕੋਈ ਆਪਣੇ ਜਗਤ ਜਿਹੜੇ ਸਾਡੇ ਸਿੱਖ ਵੀਰ ਨੇ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਏ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੋ ਤਾਂ ਬਸ ਜਿਸ ਤਰ੍ਹਾਂ ਕੋਈ ਆਏ ਸਾਡੀ ਖਿਦਮਤ ਦੀ ਜ਼ਰੂਰਤ ਹੋਵੇ ਅਸੀਂ ਹਾਜ਼ਰ ਹਾਂ ਅਸੀਂ ਭਰਾਵਾਂ ਦੇ ਮਹਿਮਾਨਦਾਰੀ ਕਰਾਂਗੇ ਬਿਲਕੁਲ ਤੁਸੀਂ ਆਓ ਾਨੂੰ ਖੁਸ਼ੀ ਹੋਏਗੀ ਅਸੀਂ ਕੁਝ ਹੋਵਾਂਗੇ ਉਹਨਾਂ ਦੇ ਲੱਖ ਲੱਖ ਵਾਰੀ ਆਓ ਅਸੀਂ ਇਨਸ਼ਾਅੱਲਾ ਤਾਬੇਦਾਰ ਆਂ ਤੁਹਾਡੇ ਨੌਕਰ ਆਂ ਅਸੀਂ ਤੁਹਾਡੇ ਬਹੁਤ ਸ਼ੁਕਰੀਆ ਸੀ ਇਹ ਸੀ ਵਿਚਾਰਧਾਰਾ ਕਿੰਨਾ ਲੋਕਾਂ ਦੀ ਉਹ ਲੋਕ ਜਿਹੜੇ ਕਿ ਇੱਥੇ ਦੇ ਗੁਰਦੁਆਰੇ ਦੇ ਨਾਲ ਦੂਜਾ ਘਰ ਤੀਜਾ ਘਰ ਔਰ ਚੌਥੇ ਘਰ ਦੇ ਵਿੱਚ ਰਹਿਣ ਵਾਲੇ ਨੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਗੁਰੂ ਘਰ ਸ਼ੁਰੂ ਹੋਣ ਦੀ ਮੈਂ ਕਵਾਂਗਾ ਕਿ ਇਹ ਇੱਕ ਇੰਟਰਫੇਸ ਹਾਰਮਨੀ ਦੀ ਬਹੁਤ ਹੀ ਅੱਛੀ ਐਗਜ਼ੈਂਪਲ ਹੋਏਗੀ ਕਿ ਰਹਿਣ ਵਾਲੇ ਲੋਕ ਜਿਹੜੇ ਨੇ ਗੁਰੂ ਘਰ ਦੀ ਹਲੇ ਸੇਵਾ ਸ਼ੁਰੂ ਨਹੀਂ ਹੋਈ ਸੇਵਾ ਸ਼ੁਰੂ ਹੋਣ ਤੋਂ ਪਹਿਲੇ ਹੀ ਜਗਤ ਸੰਗਤ ਨੂੰ ਵੈਲਕਮ ਕਰ ਰਹੇ ਨੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਛਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਵਾਟਸ ਰਣਜੀਤ ਨਿਗਾਰਾ ਰਣਜੀਤ ਨਿਗਾਰਾ ਇਜ਼ ਅ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆਫ ਦੀ ਯੂਐਸ ਬੇਸਡ ਐਂਡ ਮੈਂਟਿਕਾ ਸਿਟੀ ਕੈਲੀਫੋਰਨੀਆ ਸਟੇਟ ਯੂਐਸਏ ਰੱਬ ਰੱਖਾ ਜੀ